ਕੋਰੋਨਾ ਵਾਇਰਸ ਦਾ ਕਹਿਰ ਸੰਸਾਰ ਭਰ ਵਿੱਚ ਜਾਰੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਕੋਰੋਨਾ ਵਾਇਰਸ ਨਾਲ 135 ਦੇਸ਼ਾਂ ਦੇ 1,53,517 ਲੋਕ ਗ੍ਰਸਤ ਨੇ ਅਤੇ 6,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਵਿਗਿਆਨੀਆਂ ਵੱਲੋਂ ਕੋਰੋਨਾ ਦੀ ਵੈਕਸੀਨ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਅਮਰੀਕਾ ਵਿੱਚ ਇਸ ਦੀ ਵੈਕਸੀਨ ਬਣਾਉਣ ਤੋਂ ਬਾਅਦ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਸਿਹਤ ਅਨੁਸੰਧਾਨ ਸੰਸਥਾਨ ਨੇ 45 ਨੌਜਵਾਨਾਂ ਉੱਤੇ ਟੈਸਟ ਕੀਤਾ ਹੈ, ਪਰ ਇਸ ਬਾਰੇ ਸਰਵਜਨਕ ਤੌਰ 'ਤੇ ਕੋਈ ਵੀ ਘੋਸ਼ਣਾ ਨਹੀਂ ਕੀਤੀ ਗਈ। ਕੈਂਸਰ ਪਰਮਾਨੈਂਟ ਵਾਸ਼ਿੰਗਟਨ ਹੈਲਥ ਰਿਸਰਚ ਇੰਸਟੀਚਿਊਟ ਵਿੱਚ ਵੈਕਸੀਨ ਦਾ ਟੈਸਟ ਹੋ ਰਿਹਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਟੀਕੇ ਨੂੰ ਬਣਾਉਣ ਲਈ 1 ਸਾਲ ਤੋਂ 18 ਮਹੀਨੇ ਤੱਕ ਦਾ ਵਕਤ ਲੱਗਦਾ ਹੈ। ਟੀਕੇ ਦੀ ਪਰਖਣ ਦਾ ਉਦੇਸ਼ ਸਿਰਫ ਇੰਨਾ ਹੈ ਕਿ ਇਸਦਾ ਕੋਈ ਬੁਰਾ ਪ੍ਰਭਾਵ ਤਾਂ ਨਹੀਂ ਪੈ ਰਿਹਾ। ਕੋਰੋਨਾ ਵਾਇਰਸ ਦੇ ਚੱਲਦੇ ਵਿਸ਼ਵ ਭਰ ਵਿੱਚ ਵਿਗਿਆਨੀਆਂ ਵੱਲੋਂ ਦਰਜਨਾਂ ਹੀ ਟੀਕੇ ਤਿਆਰ ਕੀਤੇ ਜਾ ਰਹੇ ਨੇ ਤਾਂ ਕਿ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ। ਬਿਊਰੋ ਰਿਪੋਰਟ, ਆਵਾਜ਼ ਜਗਮ ਟੀਵੀ।